ਅੱਜ ਜਮਾਂ ਗੱਲ ਕਰਨੀ ਆ ਕਿ ਪੋਜ਼ਿਟਿਵ ਕਿਦਾਂ ਰਹਾ ਜਾਵੇ ਯਾਨੀ ਕਿ ਪੋਜ਼ਿਟਿਵ ਸੋਚ ਪੋਜ਼ਿਟਿਵ ਥਿੰਕਿੰਗ ਪੋਜ਼ਿਟਿਵ ਥਾਟਸ ਕਿਦਾਂ ਕੰਟੀਨਿਊਸਲੀ ਆਪਣੇ ਬ੍ਰੇਨ ਦੇ ਵਿੱਚ ਰੱਖੇ ਜਾਣ ਇੱਕ ਗੱਲ ਵੇਖਿਓ ਕਦੀ ਵੀ ਕਿ ਜਦੋਂ ਜ਼ਿੰਦਗੀ ਵਧੀਆ ਹੁੰਦੀ ਹੈ ਜਦੋਂ ਸਭ ਕੁਝ ਸਹੀ ਕੰਡੀਸ਼ਨ ਚ ਹੁੰਦਾ ਵਾ ਆਪਣੀ ਲਾਈਫ ਇੱਕ ਵਧੀਆ ਤਰ੍ਹਾਂ ਚੱਲ ਰਹੀ ਹੁੰਦੀ ਆ ਤੁਹਾਡਾ ਹੈਲਥ ਵਧੀਆ ਵਾ ਨਾ ਤੁਸੀਂ ਆਪਣੀ ਜੌਬ ਆ ਜਿਹੜੀ ਉਹਨੂੰ ਪਸੰਦ ਕਰਦੇ ਜੇ ਤੁਸੀਂ ਹੈਪੀ ਜੇ ਆਪਣੇ ਪਾਰਟਨਰ ਤੋਂ ਆਪਣੀ ਫੈਮਲੀ ਤੋਂ ਹਨਾ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਵਧੀਆ ਵਾ ਉਦੋਂ ਅਕਸਰ ਹੀ ਆਪਾਂ ਖੁਸ਼ ਹੁੰਨੇ ਆ ਪੋਜ਼ਿਟਿਵ ਰਹਿੰਨੇ ਆ ਕੋਈ ਆਪਾਂ ਨੂੰ ਦੁਖਤ ਖਲੀਫ ਕਹ ਲੋ ਕਿ ਨਹੀਂ ਹੁੰਦੀ ਕਿਉਂਕਿ ਆਪਣਾ ਜਿਹੜਾ ਥੋਟ ਪ੍ਰੋਸੈਸ ਆ ਨਾ ਥਿੰਕਿੰਗ ਜਿਹੜੀ ਉਹ ਕਾਫੀ ਪੋਜ਼ਿਟਿਵ ਰੈਂਡ ਹੀ ਹੁੰਦੀ ਉਦੋਂ ਕਿਉਂਕਿ ਕੋਈ ਜਿਹੜਾ ਸਮਾਂ ਵਧੀਆ ਚੱਲ ਰਿਹਾ ਹੁੰਦਾ ਵਾ ਜਦੋਂ ਚੀਜ਼ਾਂ ਜਾਂ ਸਮਾਂ ਤੁਹਾਡੇ ਤੇ ਵਧੀਆ ਚੱਲ ਰਿਹਾ ਹੁੰਦਾ ਜ਼ਿੰਦਗੀ ਵਧੀਆ ਚੱਲ ਰਹੀ ਹੁੰਦੀ ਹੈ ਉਦੋਂ ਵੇਖਿਓ ਕਿ ਚੀਜ਼ਾਂ ਤੁਹਾਡੇ ਵਾਸਤੇ ਸਿਚੁਏਸ਼ਨਾਂ ਜਿਹੜੀਆਂ ਹੋਰ ਨਵੀਆਂ ਓਪਰਚ्युनिटीਜ਼ ਲੈ ਕੇ ਆਉਣਗੀਆਂ ਜਾਂ ਤੁਹਾਡੀ ਜਿਹੜੀ ਸਿਚੁਏਸ਼ਨ ਆ ਔਰ ਥੋੜੀ ਹੋਰ ਵਧੀਆ ਹੁੰਦੀ ਜਾਊਗੀ ਦਿਨ ਬਦ ਦਿਨ ਹਰ ਹਫਤੇ ਮਹੀਨੇ ਬਾਅਦ ਹਨਾ ਕਿ ਤੁਸੀਂ ਹੋਰ ਪੋਜ਼ਿਟਿਵ ਚੀਜ਼ਾਂ ਆਪਣੀ ਲਾਈਫ 'ਚ ਅਟ੍ਰੈਕਟ ਕਰਦੇ ਆਂ ਕਿਉਂਕਿ ਤੁਹਾਡਾ ਜਿਹੜਾ ਮਾਈਂਡਸੈਟ ਆ ਉਹ ਬਹੁਤ ਪੋਜ਼ਿਟਿਵ ਰਹਿਣ ਦਾ ਕਿਉਂਕਿ ਤੁਹਾਡੇ ਆਲੇ-ਦੁਆਲੇ ਪੋਜ਼ਿਟਿਵਿਟੀ ਆ ਤੁਸੀਂ ਖੁਸ਼ ਜੇ ਹਨਾ ਪਰ ਜੇ ਹੁਣ ਆਪਾਂ ਇਹ ਚੀਜ਼ ਨੂੰ ਰਿਵਰਸ ਕਰ ਦਈਏ ਇਹਦੇ ਬਾਰੇ ਸੋਚੋ ਮੜਾ ਜਾ ਕਿ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਕਹਿ ਲੋ ਕਿ ਸਹੀ ਨਹੀਂ ਆ ਤੁਹਾਡਾ ਹੈਲਥ ਨਹੀਂ ਵਧਿਆ ਜਾਂ ਤੁਹਾਡੀ ਜਿਹੜੀ ਜੋਬ ਆ ਤੁਹਾਨੂੰ ਪਸੰਦ ਨਹੀਂ ਆ ਜਾਂ ਤੁਹਾਡੇ ਪਾਰਟਨਰ ਨਾਲ ਤੁਹਾਡੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਵਾਂ ਹਨਾ ਜਾਂ ਤੁਸੀਂ ਫੈਮਿਲੀ ਤੋਂ 언ਹੈਪੀ ਜਿੱਦਾਂ ਸਿਚੁਏਸ਼ਨ ਚੱਲ ਰਹੀ ਆ ਘਰ फाइनेंशियल्स ਵਧੀਆ ਨਹੀਂ ਆਉਦੀਆਂ ਨੀ ਤੇ ਉਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਜਾਂ ਪੋਜ਼ਿਟਿਵ ਥੌਟਸ ਆਪਣੇ ਮਨ ਦੇ ਵਿੱਚ ਲਿਓਣੇ ਹਨ ਆਪਣੀ ਥਿੰਕਿੰਗ ਜਿਹੜੀ ਉਹ ਪੋਜ਼ਿਟਿਵ ਰੱਖਣੀ ਉੱਥੇ ਮੈਟਰ ਕਰਦਾ ਹੋਈ ਤੁਸੀਂ ਪੋਜ਼ਿਟਿਵ ਸੋਚੋ ਕਿਉਂਕਿ ਜਦੋਂ ਲਾਈਫ ਵਧੀਆ ਚੱਲ ਰਹੀ ਹੁੰਦੀ ਹੈ ਉਦੋਂ ਤੇ ਆਟੋਮੈਟਿਕਲੀ ਆਪਾਂ ਹਨਾ ਪੋਜ਼ਿਟਿਵ ਹੀ ਸੋਚਦੇ ਹਾਂ ਸਭ ਕੁਝ ਆਪਣੀ ਜ਼ਿੰਦਗੀ ਤੋਂ ਵਧੀਆ ਹੋ ਰਿਹਾ ਵਾ ਸੋ ਉਦੋਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ 네ਗੇਟਿਵ ਥੌਟਸ ਆਪਾਂ ਨਹੀਂ ਹੋਣ ਦਿੰਦੇ ਕਿਉਂਕਿ ਹਾਡਾ ਆਲਾ ਦੁਆਲਾ ਸਾਡਾ এনवायरमेंट ਬੜਾ ਪੋਜ਼ਿਟਿਵ ਹੁੰਦਾ ਵਾ ਪਰ ਜਦੋਂ ਮੈਂ ਹੁਣ ਇੱਕ ਐਗਜ਼ਾਮਪਲ ਦਿੱਤੀ ਕਿ ਜਦੋਂ ਇਹ ਚੀਜ਼ਾਂ ਨੂੰ ਆਪਾਂ ਰਿਵਰਸ ਕਰ ਦਿੰਨੇ ਆ ਉਦੋਂ ਆਪਣੇ ਆਲੇ ਦੁਆਲੇ ਆਪਾਂ ਵੇਖਾਂਗੇ ਜਾਂ ਕਹ ਲੋ ਸਕਨੈਸ ਜਾਂ ਕਹ ਲੋ ਕਿ ਤੁਸੀਂ 언해ਪੀ ਆ ਆਪਣੀ ਜੋਬ ਤੋਂ ਜਾਂ ਤੁਸੀਂ ਆਪਣੇ ਪਾਰਟਨਰ ਨਾਲ ਕਲੋ ਲੜਾਈਆਂ ਝਗੜੇ ਚੱਲ ਰਹੇ ਆ ਜਾਂ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਉਥੇ ਨਹੀਂ ਆ ਜਿੱਥੇ ਤੁਸੀਂ ਚਾਹੁੰਦੇ ਜੇ ਹੋਵੇ ਫਾਈਨੈਂਸਸ ਤੁਹਾਡੀਆਂ ਸਹੀ ਨਹੀਂ ਆ ਗਈਆਂ ਤਾਂ ਕਰਕੇ ਉਸ ਟਾਈਮ ਤੇ ਪੋਜ਼ਿਟਿਵ ਥੌਟਸ ਆਪਣੇ ਮਨ ਦੇ ਵਿੱਚ ਲਿਆਉਣਾ ਬੜਾ ਮੁਸ਼ਕਲ ਆ ਪਰ ਮੈਂ ਤੁਹਾਨੂੰ ਹੁਣ ਦੱਸੂਗਾ ਕਿ ਆਪਾਂ ਉਹ ਕਿਦਾਂ ਚੀਜ਼ ਆ ਜਿਹੜੀ ਉਹਨੂੰ ਸਵਿਚ ਕਰਕੇ ਜਾਂ ਚੇਂਜ ਕਰਕੇ ਉਸ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਪੋਜ਼ਿਟਿਵ ਥੌਟਸ ਪੋਜ਼ਿਟਿਵ ਥਿੰਕਿੰਗ ਲਿਆ ਸਕਦੇ ਆ ਤੇ ઓ ਪੋਜ਼ਿਟਿਵ ਥਿੰਕਿੰਗ ਪੋਜ਼ਿਟਿਵ ਥਾটস ਨਾਲ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਹੈਪੀਨੈਸ abundance attract ਕਰ ਸਕਦੇ ਆ ਸੋ ਇਹ ਚੀਜ਼ਾਂ ਜੋ ਮੈਂ ਸ਼ੇਅਰ ਕਰਨ ਲੱਗਾ ਵਾਂ ਉਹ ਮਨ ਘੜਤ ਗੱਲਾਂ ਨਹੀਂ ਹੈਗੀਆਂ ਉਹ ਹਨਾ ਪ੍ਰੂਵਨ ਕਹਿ ਲੋ ਕਿ ਟੈਕਨੀਕਸ ਵਾ ਕਿਤਾਬਾਂ ਦੇ ਵਿੱਚ ਲਿਖੀਆਂ ਹੋਈਆਂ ਵਾਂ ਉਤੋਂ ਕਹਿ ਲੋ ਕਿ ਮੈਂ ਨਿਚੋੜ ਕੱਢ ਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਜਿਹੜੀਆਂ ਚੀਜ਼ਾਂ ਮੈਂ ਖੁਦ ਵੀ ਪ੍ਰੈਕਟਿਸ ਕਰਦਾ ਵਾਂ ਸੋ ਤੁਸੀਂ ਕੋਸ਼ਿਸ਼ ਕਰਿਓ ਕਿ ਜੋ ਮੈਂ ਦੱਸਣ ਲੱਗਾ ਵਾਂ ਤੇ ਅਮਲ ਕਰਿਓ ਤੇ ਹੋਪਫੁਲੀ ਤੁਹਾਡੀ ਲਾਈਫ ਵੀ ਕਿਸੇ ਸਿਚੁਏਸ਼ਨ ਜਿੱਥੇ ਤੁਸੀਂ ਫਸੇ ਹੋਏ ਹੋਏ ਜਾਂ ਤੁਹਾਡੀ ਲਾਈਫ ਇਸ ਟਾਈਮ ਥੋੜੀ 네ਗੇਟਿਵ ਚੱਲ ਰਹੀ ਆ ਤੁਹਾਨੂੰ ਆ ਗੱਲਾਂ ਦੇ ਨਾਲ ਹੋਪਫੁਲੀ ਥੋੜੀ ਚਾਨਣਾ ਹੋਊਗੀ ਕਿ ਆਪਾਂ ਕਿੱਦਾਂ ਆਪਣੀ ਸਿਚੁਏਸ਼ਨਾਂ ਕਰ ਸਕਦੇ ਆ ਤੇ ਕੋਈ ਵੀ ਸਿਚੁਏਸ਼ਨ ਟਰਨ ਅਰਾਊਂਡ ਕਰਨਾ ਪੋਸੀਬਲ ਆ ਇਹ ਨਾ ਕਦੀ ਵੀ ਸੋਚੋ ਕਿ ਕਰੇ ਮੇਰੀ ਸਿਚੁਏਸ਼ਨ ਵੱਖਰੀ ਆ ਤੇ ਮੇਰੀ ਜ਼ਿੰਦਗੀ ਚ ਨਹੀਂ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਹਰ ਕਿਸੇ ਇਨਸਾਨ ਦੀ ਹੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਲਾਗੂ ਹੋ ਸਕਦੀਆਂ ਵਾ ਬਸ ਇਹ ਆ ਕਿ ਉਹਨਾਂ ਨੂੰ ਲਾਗੂ ਕਰਨ ਦਾ ਜਾਂ ਉਹਨਾਂ ਨੂੰ ਇੰਪਲਾਈ ਕਰਨ ਦਾ ਨਾ ਤਰੀਕਾ ਵੱਖਰਾ ਹੋਣਾ ਹਰ ਇੱਕ ਦੀ ਜ਼ਿੰਦਗੀ ਦੇ ਹਿਸਾਬ ਦੇ ਨਾਲ ਜਦੋਂ ਵੀ ਚੀਜ਼ਾਂ ਡਾਊਨ ਹਿੱਲ ਜਾਣੀਆਂ ਹੁੰਦੀਆਂ ਹਨਾ ਕੋਈ ਵੀ ਤੁਹਾਡੇ ਵਰਕ ਨਹੀਂ ਕਰੰਡਿਆ ਜਾਂ ਹਰ ਕੋਸ਼ਿਸ਼ ਕਰ ਚੁੱਕੇ ਜੇ ਪਰ ਫਿਰ ਵੀ ਹਾਲਾਤ ਜਿਹੜੇ ਉਹ ਤੁਹਾਡੇ ਅਗੇਂਸਟ ਜਾ ਰਹੇ ਆ ਉਦੋਂ ਕਾਫੀ ਔਖਾ ਹੁੰਦਾ ਪੋਜ਼ਿਟਿਵ ਪਰ ਜੋ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਆਪਾਂ ਡਿਸਕਸ ਨਹੀਂ ਕੀਤੀਆਂ ਕਦੀ ਕਦੀ ਵੀ ਆਪਾਂ ਨੂੰ ਸਕੂਲਾਂ 'ਚ ਨਹੀਂ ਇਹ ਚੀਜ਼ਾਂ ਸਿਖਾਈਆਂ ਗਈਆਂ ਜਾਂ ਇਵਨ ਆਪਣੇ ਜਿਹੜੇ ਵੱਡੇ-ਵਡੇਰੇ ਸੀ ਉਹਨਾਂ ਨੂੰ ਵੀ ਜੇ ਇਹਨਾਂ ਚੀਜ਼ਾਂ ਦੀ ਚਾਹਤ ਨਾ ਸੀਗੀ ਉਹਨਾਂ ਨੇ ਕਦੀ ਓਪਨਲੀ ਡਿਸਕਸ ਨਹੀਂ ਕੀਤੀਆਂ ਆਪਣੇ ਨਾਲ ਜਾਂ ਨੂੰ ਇਹ ਗਿਆਨ ਪਾਸ ਔਨ ਨਹੀਂ ਕੀਤਾ ਕਿ ਜਿਹਦੇ ਨਾਲ ਤੁਸੀਂ ਪੜੀਮਾਂ 'ਚ ਆਪਣੀ ਲਾਈਫ ਜਿਹੜੀ ਜਿੱਦਾਂ ਦੀ ਚਾਹੁੰਦੇ ਜੇ ਉਹਦਾਂ ਹੀ ਕ੍ਰੀਏਟ ਕਰ ਸਕਦੇ ਜੇ ਨਿੱਕੀ ਜੀ ਗੱਲ ਜਿੱਤਾਂ ਮੈਂ ਸ਼ੁਰੂ ਕਰੂੰਗਾ ਕਿ ਇਹ ਕਿਦਾਂ ਪ੍ਰੋਸੈਸ ਵਰਕ ਕਰਦਾ ਵਾ ਜਿਹੜਾ ਤੁਹਾਡਾ ਲੋੜ ਆ ਜਿਹੜੀ ਤੁਹਾਡੀ ਥਿੰਕਿੰਗ ਆ ਉਹਨੂੰ ਤੁਸੀਂ ਮੰਨ ਕੇ ਚੱਲਣਾ ਵਾਂਗੇ ਜੋ ਤੁਸੀਂ ਸੋਚ ਰਹੇ ਜੇ ਐਕਚੁਅਲ ਰਿਐਲਿਟੀ ਦੇ ਵਿੱਚ ਹੋ ਜਾਣਾ ਵਾਂ ਪਹਿਲੀ ਗੱਲ ਇਹ ਭਾਵੇਂ ਜੇ ਤੁਹਾਨੂੰ ਲਿਖਣ ਦੀ ਲੋੜ ਆ ਇਹਨੂੰ ਲਿਖ ਲਓ ਕਿਉਂਕਿ ਇਹ ਸਭ ਤੋਂ ਬੇਸਿਕ ਤੇ ਇੰਪੋਰਟੈਂਟ ਗੱਲ ਆ ਕਿ ਜਿਹੜਾ ਵੀ ਥੋੜ ਤੁਹਾਡੇ ਮਨ ਚ ਹੁੰਦਾ ਵਾ ਨਾ ਜੋ ਵੀ ਤੁਸੀਂ ਸੋਚਦੇ ਜੇ ਉਸੇ ਵੇਲੇ ਆਪਣੇ ਮਨ ਨੂੰ ਤੁਹਾਨੂੰ ਆਪਣੇ ਆਪ ਨੂੰ ਅਵੇਅਰ ਰੱਖਣਾ ਪੈਣਾ ਵੀ ਤੁਸੀਂ ਕੀ ਸੋਚ ਰਹੇ ਜੇ ਪਹਿਲੀ ਗੱਲ ਤੇ ਜਦੋਂ ਆਪਾਂ ਕੁਝ ਪੋਜ਼ਿਟਿਵ ਸੋਚ ਰਹੇ ਹਾਂ ਇਟਸ ਓਕੇ ਹਨਾ ਕਿ ਪੋਜ਼ਿਟਿਵ ਚੀਜ਼ਾਂ ਨੂੰ ਤੁਹਾਨੂੰ ਫਿਲਟਰ ਕਰਨ ਦੀ ਲੋੜ ਨਹੀਂ ਆ ਉਹ ਜਿੰਨੀਆਂ ਤੁਸੀਂ ਸੋਚੋਗੇ ਉ ਪਰ ਜੇ ਤੁਹਾਡੇ ਦਿਮਾਗ 'ਚ ਕੋਈ ਨੈਗੇਟਿਵ ਚੀਜ਼ ਆ ਰਹੀ ਆ ਤੁਹਾਨੂੰ ਇਮੀਡੀਏਟਲੀ ਆਪਣੇ ਆਪ ਨੂੰ ਟ੍ਰਿਗਰ ਕਰਨਾ ਪੈਣਾ ਵਾ ਅਵੇਅਰ ਕਰਨਾ ਪੈਣਾ ਵਾ ਕਿ ਹਾਂ ਆ ਚੀਜ਼ ਨੈਗੇਟਿਵ ਆ ਇਹ ਮੈਂ ਨਹੀਂ ਸੋਚਣੀ ਕਿਉਂਕਿ ਜੇ ਮੈਂ ਨੈਗੇਟਿਵ ਸੋਚੂਗਾ ਇਹ ਚੀਜ਼ ਹੋ ਜਾਣੀ ਆ ਯਾਨੀ ਕਿ ਜੋ ਅਸੀਂ ਸੋਚਦੇ ਆ ਜੋ ਆਡੇ ਥੌਟਸ ਵਾ ਉਹ ਜਦੋਂ ਯੂਨੀਵਰਸ ਦੇ ਵਿੱਚ ਜਾਂਦੇ ਆ ਸਮਝ ਲਓ ਕਿ ਯੂਨੀਵਰਸ ਇੱਕ ਜੀਨੀ ਦੀ ਤਰ੍ਹਾਂ ਵਾਂ ਉਹਨੂੰ ਤੁਸੀਂ ਜੋ ਕਹਤਾ ਉਹਨੇ ਤੁਹਾਡੇ ਵਾਸਤੇ ਕਰ ਦੇਣਾ ਵਾਂ ਜੋ ਤੁਸੀਂ ਕਹਿੰਦੇ ਜੇ ਉਹਦੇ ਲਈ ਉਹ ਕਮਾਂਡ ਆ ਜੇ ਮੈਂ ਤੁਹਾਨੂੰ ਕਹਾਂਗੀ ਜੋ ਤੁਸੀਂ ਮਨ ਚ ਸੋਚ ਰਹੇ ਜੇ ਉਹ ਰਿਐਲਿਟੀ ਬਣ ਸਕਦੀ ਆ ਹਨਾ ਉਹ ਰਿਐਲਿਟੀ ਬਣੂਗੀ ਸੋ ਤੁਸੀਂ ਉਹ ਚੀਜ਼ਾਂ ਸੋਚੋਗੇ ਜਿੱਦਾਂ ਤੁਸੀਂ ਆਪਣੀ ਲਾਈਫ ਬਣਾਉਣਾ ਚਾਹੁੰਦੇ ਜੇ ਉਹ ਚੀਜ਼ਾਂ ਨਾ ਫਿਰ ਸੋਚੋ ਕਿ ਜਿੱਦਾਂ ਦੀ ਤੁਸੀਂ ਆਪਣੀ ਲਾਈਫ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਜਿਹੜਾ ਯੂਨੀਵਰਸ ਆ ਉਹ ਡਿਫਰੈਂਸ਼ੀਏਟ ਨਹੀਂ ਕਰਦਾ ਕਿ ਤੁਸੀਂ ਕੀ ਦੇ ਬਾਰੇ ਸੋਚ ਰਹੇ ਜੇ ਉਹਨੇ ਉਹ ਚੀਜ਼ ਤੁਹਾਡੇ ਸਾਹਮਣੇ ਲਿਆ ਕੇ ਰੱਖ ਦੇਣੀ ਆ ਹੋਰ ਰੱਖ ਦੇਣੀ ਆ ਜੇ ਤੁਸੀਂ ਕਹਿਣ ਦੇ ਜੇ ਤੁਸੀਂ ਖੁਸ਼ ਹੋ ਤੁਸੀਂ ਹੈਪੀ ਆ ਤੁਸੀਂ ਹੈਲਥੀ ਆ ਤੁਹਾਡੀ ਲਾਈਫ ਚ ਹੋਰ ਹੈਪੀਨੈਸ ਅਬੰਡੈਂਸ ਹੋਰ ਹੈਲਥੀ ਦਾ ਲਾਈਫ ਸਟਾਈਲ ਹੋਊਗਾ ਪਰ ਜੇ ਤੁਸੀਂ ਸੋਚ ਰਹੇ ਆ ਮੈਂ ਸਿਕ ਫੀਲ ਕਰ ਰਿਹਾ ਆ ਮੈਂ ਅੱਜ ਖੁਸ਼ ਨਹੀਂ ਆ ਮੇਰੇ ਕੋਲ ਪੈਸੇ ਨਹੀਂ ਆ ਗਏ ਜਾਂ ਆ ਚੀਜ਼ ਜਦੋਂ ਤੁਸੀਂ ਆ ਵਾਲੀ ਥਿੰਕਿੰਗ ਦੇ ਨਾਲ ਸੋਚਦੇ ਆ ਯੂਨੀਵਰਸ ਨੂੰ ਇਹ ਨਹੀਂ ਸੁਣਦਾ ਕਿ ਤੁਸੀਂ ਇਹ ਕਹਿ ਰਹੇ ਜੀ ਕਿ ਮੇਰੇ ਕੋਲ ਪੈਸੇ ਨਹੀਂ ਆ ਗਏ ਉਹਨੂੰ ਇਹ ਲੱਗਣਾ ਵਾ ਕਿ ਇਹ ਚੀਜ਼ ਮੈਂ ਤੈਨੂੰ ਹੋਰ ਦਵਾਂਗੀ ਤੇਰੇ ਕੋਲ ਪੈਸੇ ਨਹੀਂ ਆ ਗਏ ਹਨਾ ਜੇ ਤੁਸੀਂ ਸੋਚ ਰਹੇ ਜੇਗੀ ਮੈਂ ਸਿਕ ਫੀਲ ਕਰ ਰਿਹਾ ਹਾਂ ਯੂਨੀਵਰਸ ਨੇ ਇਹ ਨਹੀਂ ਸੋਚਣਾ ਕਿ ਹਾਂ ਤਾਂ ਇਹ ਬੰਦਾ ਸਿਕ ਫ

ਉਨ ਨੂੰ ਐਸ ਉਹ ਯੂਨੀਵਰਸ ਨੂੰ ਐਸ ਹੁੰਦਾ ਵਾ ਕਿ ਇਹ ਬੰਦਾ ਡਿਮਾਂਡ ਕਰਦਾ ਹੋਰ ਸਿਕਨਸ ਦੀ ਸੋ ਜੇ ਤੁਸੀਂ ਜੇ ਕੋਈ ਇਨਸਾਨ ਸਿਕਵਾ ਮੰਨਦੇ ਵਿੱਚ ਆਪਾਂ ਉਹ ਸੋਚਣਾ ਵਾ ਜੋ ਆਪਾਂ ਕ੍ਰੀਏਟ ਕਰਨਾ ਚਾਹੁੰਦੇ ਆ ਨਾ ਕਿ ਜੋ ਆਪਾਂ ਨਹੀਂ ਚਾਹੁੰਦੇ ਕਿਉਂਕਿ ਜਿੰਨਾ ਤੁਸੀਂ ਸੋਚੋਗੇ ਚੀਜ਼ਾਂ ਬਾਰੇ ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਯੂਨੀਵਰਸ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਉਹ ਚੀਜ਼ ਚਾਹੁੰਦੇ ਜੇ ਕਿ ਨਹੀਂ ਚਾਹੁੰਦੇ ਉਹ ਚੀਜ਼ ਤੁਹਾਨੂੰ ਦੇਈ ਜਾਣੀ ਹੈ ਹੋਰ ਜਿਹਦੇ ਬਾਰੇ ਤੁਸੀਂ ਸੋਚੋਗੇ ਜੇ ਆਪਾਂ ਸੋਚਾਂਗੇ ਕਿ ਆਪਣੇ ਕੋਲ ਮੈਂ ਬੜਾ ਵੈਲਥ ਹਾਂ ਮੇਰੇ ਚ ਕੌਨਫੀਡੈਂਸ ਆ ਯੂਨੀਵਰਸ ਨੇ ਤਾਂ ਉਹ ਦੋ ਚੀਜ਼ਾਂ ਹੌਲੀ ਹੌਲੀ ਹੋਰ ਦੇ ਜਾਣੀਆ ਦਈ ਜਾਣੀਆ ਦਈ ਜਾਣੀਆ ਭਰ ਜੇ ਤੁਸੀਂ ਸੋਚੋਗੇ ਕਿ ਮੇਚ ਕੌਨਫੀਡੈਂਸ ਨਹੀਂ ਆਏਗਾ ਮੇਰੇ ਕੋ ਪੈਸੇ ਨਹੀਂ ਆਗੇ ਯੂਨੀਵਰਸ ਨੇ ਫਿਰ ਉਹ ਚੀਜ਼ ਤਾਂ ਹੋਰ ਦੇਣੀ ਹੈਗੀ ਤੇਰੇ ਕੋ ਕੌਨਫੀਡੈਂਸ ਨਹੀਂ ਹੋਗਾ ਕੋਈ ਗੱਲ ਨਹੀਂ ਤੇਰਾ ਮੈਂ ਹੋਰ ਘਟੋਣਾ ਕੌਨਫੀਡੈਂਸ ਤੇਰੇ ਕੋ ਪੈਸੇ ਨਹੀਂ ਆਗੇ ਕੋਈ ਗੱਲ ਨਹੀਂ ਤੇਰੀ ਫਾਈਨੈਂਸ਼ੀਅਲ ਸਿਚੁਏਸ਼ਨ ਹੋਰ ਮਾੜੀ ਕਰ ਦੇਣੀ ਕਿਉਂਕਿ ਯੂਨੀਵਰਸ ਜਿਹੜਾ ਉਹ ਪਾਰਸ਼ੀਅਲਿਟੀ ਨਹੀਂ ਕਰਦਾ ਸਿਰਫ ਜੋ ਤੁਸੀਂ ਸੋਚ ਰਹੇ ਜੇ ਉੱਤੇ ਉਹ ਕੰਡਿਆ ਵਾ ਯੂਨੀਵਰਸ ਸਿੰਪਲੀ ਜੇ ਤੁਸੀਂ ਕਹਿ ਰਹੇ ਜੇ ਐਂਡ ਸਿੰਪਲ ਐਗਜ਼ਾਮਪਲ ਇਹ ਹੋਈ ਹੈ ਕਿ ਜੇ ਤੁਸੀਂ ਕਹਿ ਰਹੇ ਜੇ ਮੈਂ 언ਹੈਪੀ ਜਾਂ ਸੈਡ ਨਹੀਂ ਹੋ ਚਾਹੁੰਦਾ ਪਰ ਉਹਨੂੰ ਨਹੀਂ ਹੋਣਾ ਚਾਹੁੰਨਾ ਨਹੀਂ ਸੁਣਦਾ ਉਹਨੂੰ ਸਿਰਫ ਸੌਂਡਿਆ ਵਾ ਸਿਕਨੈਸ ਸੈਡਨੈਸ ਤੇ ਉਹਨੇ ਉਹ ਚੀਜ਼ ਤੁਹਾਨੂੰ ਹੋਰ ਦੇਣੀ ਸੋ ਕੈਨ ਦੇ ਬਜਾਏ ਕਿ ਮੈਂ ਸਿਕ ਨਹੀਂ ਹੋਣਾ ਚਾਹੁੰਦਾ ਜਾਂ ਮੈਂ ਅਨਹੈਪੀ ਨਹੀਂ ਹੋਣਾ ਚਾਹੁੰਦਾ ਇਹਦਾ ਥੋਟ ਆਪਾਂ ਰਿਵਰਸ ਕਿਦਾਂ ਕਰਨਾ ਵਾ ਜਾਂ ਇਹਨੂੰ ਪੋਜ਼ਿਟਿਵ ਥੋਟ ਚ ਬੰਗੇ ਕਰਨਾ ਕਰਨਾ ਵਾ ਕਿ ਮੈਂ ਹੈਲਥੀ ਹਾਂ ਮੈਂ ਹੈਪੀ ਹਾਂ ਖੁਸ਼ ਹਾਂ ਸੋ ਇਹ ਚੰਬੜੀ ਇੰਪੋਰਟਨ ਸੋ ਜਦੋਂ ਵੀ ਤੁਹਾਡੇ ਮਨ ਚ ਕੋਈ ਥੋਟ ਹੁੰਦਾ ਵਾ ਜਿਹਦੇ ਅੱਗੇ ਡੋਂਟ ਲੱਗਦਾ ਵਾ ਜਾਂ ਲੱਗਦਾ ਵਾ ਕਿ ਮੈਂ ਨਹੀਂ ਕਰਨਾ ਚਾਹੁੰਦਾ ਜਾਂ ਲੱਗਦਾ ਵਾ ਕਿ ਮੈਨੂੰ ਨਹੀਂ ਚਾਹੀਦਾ ਹਨਾ ਇਮੀਡੀਏਟਲੀ ਉਹਨੂੰ ਤੁਸੀਂ ਰਿਵਰਸ ਕਿਦਾਂ ਕਰਨਾ ਵਾ ਉਹਦਾ ਆਪੋਜ਼ਿਟ ਕਹਿ ਕੇ ਆਪਣੇ ਮਨ ਦੇ ਵਿੱਚ ਤੁਹਾਨੂੰ ਇੰਨੀ ਕਿ ਅਵੇਅਰਨੈਸ ਬਣਾਉਣੀ ਪੈਣੀ ਆ ਅਵੇਅਰਨੈਸ ਜਿਹੜੀ ਹੈ ਨਾ ਇਹ ਇੱਕ ਸਲੋ ਪ੍ਰੋਸੈਸ ਆ ਪਰ ਜਦੋਂ ਤੁਸੀਂ ਕੰਟੀਨਿਊਸਲੀ ਇਹਨੂੰ ਪ੍ਰੈਕਟਿਸ ਕਰਦੇ ਆ ਤੁਹਾਨੂੰ ਫਿਰ ਆਟੋਮੈਟਿਕਲੀ ਜਿੱਦਾਂ ਹੁਣ ਆਪਾਂ ਗੱਡੀ ਚਲਾਉਂਦੇ ਆ ਹਨਾ ਜਦੋਂ ਆਪਾਂ ਨਵੀਂ ਨਵੀਂ ਗੱਡੀ ਚਲਾਉਣੀ ਸਿੱਖਦੇ ਆ ਸਾਡੇ ਦੋਵੇਂ ਹੱਥ ਵੀਲ ਤੇ ਹੁੰਦੇ ਆ ਸਾਡਾ ਧਿਆਨ ਸਾਰਾ ਹਨਾ ਸੜਕ ਤੇ ਹੁੰਦਾ ਵਾ ਆਪਾਂ ਸਾਰਾ ਬਲਾਈਂਡ ਸਪੋਟਾਂ ਵਗੈਰਾ ਚੈੱਕ ਕਰਨੇ ਹੁੰਦੇ ਆ ਕਿ ਹਾਂ ਚੰਗੀ ਤਰ੍ਹਾਂ ਚੱਲੇ ਪਰ ਜਦੋਂ ਤੁਸੀਂ ਵੇਖਿਓ ਕਦੀ ਵੀ ਜਦੋਂ 6-7 ਮਹੀਨੇ ਤੋਂ ਗੱਡੀ ਚਲਾ ਲੈਂਦੇ ਆ ਇੱਕ ਹੱਥ 'ਚ ਤੁਹਾਡੇ ਕਾਫੀ ਹੁੰਦੀ ਆ ਹਨਾ ਇੱਕ ਹੱਥ ਦੇ ਹੁੰਦਾ ਵਾ ਤੁਸੀਂ ਬੜੇ ਕੈਜੂਅਲੀ ਚਲਾਏ ਜਾਂਦੇ ਜੇ ਉਹ ਬਣ ਜਾਂਦੀ ਤੁਹਾਡੀ ਮਸਲ ਮੈਮਰੀ ਹਨਾ ਉਹਦੇ ਨਾਲ ਇਹ ਹੁੰਦਾ ਵਾ ਕਿ ਤੁਸੀਂ ਆਲਮੋਸਟ ਅਨਕੌਂਸ਼ੀਅਸਲੀ ਹੀ ਗੱਡੀ ਚਲਾ ਰਹੇ ਹੋ ਆਲਮੋਸਟ ਕਿ ਅਨਲੈਸ ਕੋਈ ਤੁਹਾਨੂੰ ਰਿਐਕਟ ਨਾ ਕਰਨਾ ਪਵੇ ਮੀਡੀਅਲੀ ਤੁਸੀਂ ਆਟੋ ਪਾਇਲਟ ਤੇ ਹੋ ਜਨੇ ਇਹ ਵੀ ਪ੍ਰੋਸੈਸ ਇਦਾਂ ਦਾ ਹੀ ਹੈ ਕਿ ਤੁਸੀਂ ਜਦੋਂ ਇਹਨੂੰ ਪ੍ਰੈਕਟਿਸ ਕਰਦੇ ਰਹਿੰਦੇ ਆਂ ਆ ਚੀਜ਼ ਨੂੰ ਪ੍ਰੈਕਟਿਸ ਕਰਦੇ ਰਹਿੰਦੇ ਆਂ ਇੱਕ ਟਾਈਮ ਤੇ ਤੁਹਾਡਾ ਬ੍ਰੇਨ ਜਿਹੜਾ ਮਾਈਂਡ ਆ ਤੁਹਾਡਾ ਸਬਕੌਂਸ਼ੀਅਸ ਮਾਈਂਡ ਆ ਆਟੋਮੈਟਿਕਲੀ ਹੀ ਪਿਕ ਕਰ ਲਿੰਦਾ ਵਾ ਥਾਟਸ ਨੂੰ ਕਿ ਆਹ ਥਾਟ 네ਗੇਟਿਵ ਵਾ ਇਹ ਨਹੀਂ ਮੈਂ ਸੋਚਣਾ ਇਹਦੇ ਨਾ ਸੁਣਦੇ ਆ ਆਪਾਂ ਨੂੰ ਬੜੀਆਂ ਸਪਰਫੇਸ਼ੀਅਲ ਲੱਗਦੀਆਂ ਜਾਂ ਲੱਗਦੀਆਂ ਕਿ ਇਹ ਕੀ ਚੀਜ਼ ਆ ਹਨਾ ਹੌਲੀ ਹੌਲੀ ਜਦੋਂ ਕਹ ਲਓ ਕਿ ਮੇਰੇ ਚ ਜਾਗਰੂਕਤਾ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਮੈਂ ਸੀਰੀਅਸਲੀ ਲਿਆ ਇਹਨਾਂ ਨੂੰ ਤੇ ਫਿਰ ਹੌਲੀ ਹੌਲੀ ਕਹ ਲਓ ਕਿ ਆਪਣੇ ਆਪ ਐਲੀਵੇਸ਼ਨ ਹੋ ਜਾਂਦੀ ਬੰਦੇ ਦੀ ਸਪਿਰਚੁਅਲੀ ਕਿ ਹਾਂ ਤੁਸੀਂ ਕਿਹੜਾ ਥੌਟ ਫਿਲਟਰ ਕਰਨਾ ਵਾ ਤੇ ਕਿਹੜਾ ਥੌਟ ਹਨਾ ਔਨ ਦੇਣਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹਦੇ ਨਾਲ ਬਹੁਤ ਚੇਂਜ ਆਈ ਮੇਰੀ ਲਾਈਫ ਦੇ ਵਿੱਚ ਸੋ ਤਾਂ ਹੀ ਮੈਂ ਸ਼ੇਅਰ ਕਰ ਰਿਹਾ ਹਾਂ ਤੁਹਾਡੇ ਨਾਲ ਹਨਾ ਇਹ ਚੀਜ਼ਾਂ ਮੈਂ 2 ਸਾਲ ਪਹਿਲਾਂ ਵੀ ਕਹਿ ਸਕਦਾ ਹਾਂ ਜਦੋਂ ਕੋਈ ਮਤਲਬ ਨਹੀਂ ਰੱਖਤੀ ਮੇਰੇ ਵਾਸਤੇ ਪਰ ਮੈਨ ਬਦਜਮਾਈਆਂ ਹੀਆਂ ਜਦੋਂ ਆਪਾਂ ਕਹਿੰਦੇ ਆ ਕਿ ਮੈਂ ਸਿੱਖ ਨਹੀਂ ਹੋਣਾ ਚਾਹੁੰਦਾ ਜਾਂ ਸੈਡ ਨਹੀਂ ਹੋਣਾ ਚਾਹੁੰਦਾ ਜਾਂ ਮੇਰੇ ਕੋਲ ਪੈਸਾ ਕਿਤੇ ਮੁੱਕ ਜਾਣ ਉਹ ਆਪਾਂ ਸਕੈਸਿਟੀ ਮਾਈਂਡਸੈਟ ਹੁੰਦਾ ਜਿਹੜਾ ਹਨਾ ਸਕੈਸਿਟੀ ਕੀ ਆਪਾਂ ਵਕਾ ਰਹੇ ਆ ਕਿ ਸਾਡੇ ਕੋਲ ਇੱਕ ਚੀਜ਼ ਦੀ ਘਾਟ ਆ ਜਾਂ ਘਾਟ ਹੋ ਸਕਦੀ ਆ ਹਨਾ ਉਹ ਜਦੋਂ ਮਾਈਂਡਸੈਟ ਆਪਾਂ ਸ਼ੋਅ ਕਰਦੇ ਆ ਯੂਨੀਵਰਸ ਨੂੰ ਯੂਨੀਵਰਸ ਨੇ ਇਹ ਨਹੀਂ ਰੀਡ ਕਰਨਾ ਕਿ ਤੁਸੀਂ ਇਹ ਵੀ ਕਾ ਨਾਲ ਕਿ ਮੈਂ ਨਹੀਂ ਚਾਹਨਾ ਆਪਾਂ ਰਿਵਰਸ ਇਸ ਤਰੀਕੇ ਨਾਲ ਹੀ ਕਰ ਸਕਦੇ ਆ ਕਿ ਆਪਾਂ ਇਹਨਾਂ ਦਾ ਆਪੋਜ਼ਿਟ ਸੋਚਣਾ ਕਿ ਹਾਂ ਮੈਂ ਹੈਪੀ ਆ ਮੈਂ ਹੈਲਥੀ ਆ ਅਬ ਨੰਸਾ ਮੇਰ ਕੋ ਫਾਈਨੈਂਸ਼ੀਅਲ ਸਿਚੁਏਸ਼ਨ ਮੇਰੀ ਬਹੁਤ ਵਧੀਆ ਵਾ ਹਨਾ ਮੈਂ ਉਹ ਗੱਡੀ ਚਲਾ ਰਿਹਾ ਹਾਂ ਜਿਹੜੀ ਮੈਂ ਚਲਾਉਣਾ ਚਾਹ ਰਿਹਾ ਹਾਂ ਜਾਂ ਆ ਗੱਡੀ ਮੈਂ ਚਲਾਉਣਾ ਚਾਹੂਗਾ ਹਨਾ ਉਹ ਚੀਜ਼ਾਂ ਸੋਚੋ ਜਿਹੜੀਆਂ ਤੁਸੀਂ ਕਰਨੀਆਂ ਚਾਹੁੰਦੇ ਜੀ ਕਿਉਂਕਿ ਤੁਸੀਂ ਲਿਟਰਲੀ ਆਪਣੀ ਜਿਹੜੀ ਰਿਐਲਿਟੀ ਹੈ ਉਹ ਕ੍ਰੀਏਟ ਕਰ ਸਕਦੇ ਆ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਹੁਣ ਇੱਕ ਨਿੱਕੀ ਜੀ ਇਹ ਚੀਜ਼ ਤੇ ਹੋਰ ਐਗਜ਼ਾਮਪਲ ਮੈਨੂੰ ਚੇਤਾਈ ਕਿ ਕਦੀ ਜਦੋਂ ਤੁਸੀਂ ਆਪਣੀ ਜਾਂ ਦਾਦੀ ਜਾਂ ਦਾਦੇ ਲਾਗੇ ਬੈਠੇ ਹੋਵੋਗੇ ਉਹਨਾਂ ਨੂੰ ਇਹ ਕਿਉਂ ਕਦੀ ਉਹ ਹਮੇਸ਼ਾ ਜੇ ਉਹ ਕੁਝ ਕਰਨੀ ਨਾ ਰਹੇ ਹਮੇਸ਼ਾ ਉਹ ਵਾਈ ਗਰੂ ਦਾ ਜੌਬ ਕਰਦੇ ਹੋਣਗੇ ਮੈਂ ਗੀ ਜੇ ਮੈਂ ਇਹ ਆ ਚੀਜ਼ ਨਾਲ ਰਿਲੇਟ ਕਰਾਉ ਨੂੰ ਮੈਨੂੰ ਤੇ ਇਹੋ ਲੱਗਦਾ ਵਾ ਕਿ ਉਹ 네ਗੇਟਿਵ ਥਾਟਸ ਨੂੰ ਬਲੌਕ ਕਰਨ ਦਾ ਇੱਕ ਉਹ ਵੀ ਬੜਾ ਵਧੀਆ ਤਰੀਕਾ ਹੈ ਕਿਉਂਕਿ ਤੁਸੀਂ ਆਲਰੇਡੀ ਓਕਿਊਪਾਈ ਕੀਤਾ ਹੋਇਆ ਆਪਣੇ ਦਿਮਾਗ ਨੂੰ ਕੋਈ ਇੱਕੋ ਚੀਜ਼ ਰਿਪੀਟ ਕਰਕੇ ਰੱਬ ਬਾਰੇ ਹੈ ਨਾ ਗੁਰੂ ਬਾਰੇ ਕਿ ਹਾਂ ਵਾਹਿਗੁਰੂ ਵਾਹਿਗੁਰੂ ਸੋ ਕੰਟੀਨਿਊਸਲੀ ਜਦੋਂ ਆਪਣੇ ਬਜ਼ੁਰਗ ਇਹ ਚੀਜ਼ ਕਰਦੇ ਹੀ ਆਫਕੋਰਸ ਫਿਰ ਜਿਹੜੀ 네ਗੇਟਿਵ ਐਨਰਜੀ ਆ ਜਾਂ 네ਗੇਟਿਵ ਥਾਟਸ ਆ ਉਹ ਆਪਣੇ ਚ ਨਹੀਂ ਹੁੰਦੇ ਪਰ ਐਸ ਟਾਈਮ ਹੁਣ ਤੁਸੀਂ ਜੇ ਕੁਝ ਕ੍ਰੀਏਟ ਕਰਨਾ ਚਾਹੁੰਦੇ ਜੇ ਹਨਾ ਤੁਸੀਂ ਜੇ ਕੁਝ ਆਪਣੀ ਲਾਈਫ ਚ ਲਿਆਉਣਾ ਚਾਹੁੰਦੇ ਜੇ ਅਟ੍ਰੈਕਟ ਕਰਨਾ ਚਾਹੁੰਦੇ ਜੇ ਫਿਰ ਤੁਸੀਂ ਉਹ ਚੀਜ਼ ਰਿਪੀਟ ਕਰੋਗੇ ਨਾ ਜਦੋਂ ਆਪਣੇ ਬ੍ਰੇਨ ਦੇ ਵਿੱਚ ਕੰਟੀਨਿਊਸਲੀ ਜੇ ਕੋਈ ਕਹਿੰਦਾ ਵਾ ਕਿ ਹਾਂ ਯਾਰ ਮੈਂ ਬੜਾ ਮੋਟਾ ਵਾਂ ਹਨਾ ਫੋਰ ਏਗਜ਼ਾਮਪਲ ਮੈਂ ਬੜਾ ਮੋਟਾ ਵਾਂ ਉਹ ਤੁਸੀਂ ਆਪਣੇ ਆਪ ਨੂੰ ਜਾਂ ਯੂਨੀਵਰਸ ਨੂੰ ਕਹਿ ਰਹੇ ਜੇ ਕਿ ਹਾਂ ਮੈਨੂੰ ਹੋਰ ਮੋਟਾ ਕਰ ਉਹ ਚੀਜ਼ ਆਪਾਂ ਕਹਿ ਰਹੇ ਆ ਜਿਹੜੀ ਆਪਾਂ ਨੂੰ ਨਹੀਂ ਚਾਹੀਦੀ ਇਨਸਟੈਡ ਉਹਦਾ ਰਿਵਰਸਲ ਇਹ ਹੋਈ ਹੈ ਕਿ ਆਪਾਂ ਕਹਿਣਾ ਕਿ ਹਾਂ ਮੈਂ ਫਿਟ ਵਾਂ ਹਨਾ ਆਪਣੇ ਆਪ ਨੂੰ ਪਿਕਚਰ ਕਰੋ ਕਿ ਮੈਂ ਫਿਟ ਵਾਂ ਇ ਜੇ ਮੈਂ ਫੈਟ ਹੋਵਾਂ ਹਨਾ ਕੱਪੜੇ ਮੈਨੂੰ ਕਿਦਾਂ ਦੇ ਮੇਰੇ ਤੇ ਕਿਦਾਂ ਦੇ ਲੱਗਣਗੇ ਜੇ ਮੈਂ ਫੈਟ ਹੋਵਾਂ ਸੋ ਜਦੋਂ ਅਸੀਂ ਕੰਟੀਨਿਊਸਲੀ ਉਹ ਚੀਜ਼ ਇਮੇਜਿਨ ਕੀਤੀ ਨਾ ਪਰ ਮੈਂ ਇਹ ਨਹੀਂ ਕਹਿੰਦੇ ਕਿ ਘਰੇ ਬੈਠੇ ਹੁਣ ਬੰਦਾ ਕਹਿ ਜਾਵੇ ਕਿ ਮੈਂ ਫੈਟਿਆ ਮੈਂ ਫੈਟਿਆ ਮੈਂ ਫੈਟਿਆ ਤੇ 2 ਮਹੀਨੇ ਬਾਅਦ ਉਹ ਫੈਟ ਹੋ ਜਾਊਗਾ ਆਫਕੋਰਸ ਆਪਾਂ ਨੂੰ ਨਾ ਕੰਮ ਤੇ ਕਰਨਾ ਹੀ ਪੈਣਾ ਵਾ ਨਾਲ-ਨਾਲ ਪਰ ਜਿਹੜਾ ਮਾਈਂਡਸੈਟ ਆ एवरीथिंग ਹਨਾ ਹਰ 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 ਚੀਜ਼ ਮਾਈਂਡਸੈਟ ਥੌਟਸ ਤੇ ਥਿੰਕਿੰਗ ਤੋਂ ਸਟਾਰਟ ਹੋਣੀ ਹੈ ਜੇ ਤੁਸੀਂ ਹੁਣ ਇਹਦੀ ਐਗਜ਼ਾਮਪਲ ਆਏ ਕਿ ਜੇ ਤੁਸੀਂ ਕੱਲ ਨੂੰ ਕਹਿਣ ਦੇ ਹੈ ਕਿ ਹਾਂ ਮੈਂ ਕੱਲ ਨੂੰ ਜਿੱਦਕ ਥੋਟ ਬਣਿਆ ਵਾ ਹਨਾ ਤੋ ਇਹ ਨਹੀਂ ਕਿ ਅਚਨਚੇਦ ਔਟ ਕੇ ਜਾ ਕੇ ਖਰੀਦ ਲਿਆਂਦਾ ਹਨਾ ਤੁਹਾਨੂੰ ਪਤਾ ਵਾ ਕਿ ਤੁਹਾਨੂੰ ਇਹਦੀ ਜ਼ਰੂਰਤ ਵਾ ਇਸ ਚੀਜ਼ ਲਈ ਇਸ ਲਈ ਤੁਸੀਂ ਪਲਾਨ ਕੀਤਾ ਆਪਣੇ ਮਨ ਦੇ ਵਿੱਚ ਥੋਟ ਲਿਆ ਗਏ ਕਿ ਹਾਂ ਮੈਂ ਕੱਲ ਨੂੰ ਜਾਊਂਗਾ ਕੈਮਰਾ ਖਰੀਦ ਦੂੰਗਾ ਫੇਰ ਹਨਾ ਜੋ ਮੈਂ ਇਹ ਦਿਨਾ ਕਰਨਾ ਚਾਹੁੰਦਾ ਮੈਂ ਕਰੂੰਗਾ ਸੋ ਹਰ ਇੱਕ ਚੀਜ਼ ਥੋਟ ਤੋਂ ਸਟਾਰਟ ਹੁੰਦੀ ਮਾਈਂਡ ਤੋਂ ਸਟਾਰਟ ਹੁੰਦੀ ਆ ਈਵਨ ਦੋ ਹਨਾ ਕੋਈ ਵੀ ਚੀਜ਼ ਆ ਮੋਡੇ ਹੋਣ ਵਾਲੀ ਮੈਂ ਸਿਰਫ ਇੱਕ ਐਗਜ਼ਾਮਪਲ ਦਿੱਤੀ ਆ ਕੰਮ ਤੁਹਾਨੂੰ ਕਰਨਾ ਹੀ ਪੈਣਾ ਵਾ ਪਰ ਜਿਹੜਾ ਜਿਹੜੇ ਆਪਣੇ ਥੋਟ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਦੋਂ ਆਪਾਂ ਪੋਜ਼ਿ ਯੂਜ਼ ਕਰ ਦਿੰਨੇ ਆ ਥੋੜਾ ਜਿਹਾ ਅਵੇਅਰ ਹੋ ਜੰਨੇ ਆ ਕਿ ਆਪਾਂ ਸੋਚ ਕੀ ਰਹੇ ਆ ਹਨਾ ਕੋਈ ਵੀ ਇਨਸਾਨ ਦਾ ਢਿਆਲੇ ਦੁਆਲੇ ਜੇ ਕੋਈ ਕੰਪਲੇਨ ਕਰਨ ਡਿਆ ਹੋਣਾ ਮੇਰੀ ਮੇਰਾ ਸੁਜੈਸ਼ਨ ਤੇ ਹੋਈ ਹੈ ਕਿ ਉਤੋਂ ਥੋੜਾ ਡਿਸਟੈਂਸ ਬਣਾ ਲਓ ਕਿਉਂਕਿ ਹੁੰਦਾ ਕਿ ਇਹ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਆਪਣੇ ਆਪ ਨੂੰ ਸਰਾਊਂਡ ਕਰਦੇ ਹੋ ਲੋਕਾਂ ਦੇ ਨਾਲ ਜਿਹੜੇ ਕੰਸਟੈਂਟਲੀ ਕੰਪਲੇਨ ਕਰਨ ਡਿਆ ਉਹ ਤੁਹਾਡੀ ਲਾਈਫ ਦੇ ਵਿੱਚ ਸਰਕਮਸਟੈਂਸਸ ਇਹੋ ਜਿਹਾ ਬਣਾ ਦੇਣਗੇ ਕਿ ਤੁਹਾਨੂੰ ਵੀ ਮੌਕਾ ਮਿਲੂਗਾ ਕੰਪਲੇਨ ਕਰਨ ਦਾ ਓਕੇ ਸੋ ਆਪਣੇ ਆਲੇ ਦੁਆਲੇ ਉਹ ਸਰਕਲ ਰੱਖੋ ਜਿਹੜੇ ਅਵੇਅਰ ਆ ਲੋਕਿੰਗ ਐਲੀਵੇਸ਼ਨ ਜਿਨ੍ਹਾਂ ਦੀ ਸਪਿਰਚੁਅਲੀ ਹੋਈ ਹੋਈ ਪਈ ਹੈ ਜੇ ਤੁਸੀਂ ਉਹ ਰੋਡ ਤੇ ਚੱਲਣਾ ਚਾਹੁੰਦੇ ਜੇ ਹਨਾ ਆਪਾਂ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਆਪਣਾ ਹੀ ਐਲੀਵੇਸ਼ਨ ਨਹੀਂ ਕਰ ਸਕਦੇ ਜਾਂ ਉਹਨਾਂ ਲੋਕਾਂ ਦੇ ਵਿੱਚ ਰਹਿ ਕੇ ਪੋਜ਼ਿਟਿਵ ਥਿੰਕਿੰਗ ਮੇਨਟੇਨ ਨਹੀਂ ਰੱਖ ਸਕਦੇ ਜਿਹੜੇ ਲੋਕੀ ਤੁਹਾਡੇ ਆਲੇ ਦੁਆਲੇ 네ਗੇਟਿਵ એનર્ਜੀ ਦੇ ਰਹੇ ਆ ਤੁਹਾਨੂੰ ਯਾਰ ਕੰਪਲੇਨ ਕਰ ਰਹੇ ਆ ਕਿਸੇ ਚੀਜ਼ ਬਾਰੇ ਕਿਉਂਕਿ ਉਹ ਬੰਦਾ ਤੁਹਾਨੂੰ ਰੀਜ਼ਨ ਦਊਗਾ ਕਿ ਤੁਸੀਂ ਵੀ ਕੰਪਲੇਨ ਕਰੋਗੇ ਇਸ ਚੀਜ਼ ਬਾਰੇ ਇਹ ਹਿਊਮਨ ਨੇਚਰ ਆ ਆਪਣਾ ਇੱਕ ਨੇਚਰ ਵਾ ਕਿ ਜਦੋਂ ਕੋਈ ਬੰਦਾ ਆਪਣੇ ਨਾਲ ਗੱਲ ਕਰਦਾ ਵਾ ਆਪਾਂ ਨੂੰ ਇਨਸਾਨ ਆ ਜਿਹੜੇ ਇਹਨਾਂ ਨੂੰ ਤੰਗ ਹੁੰਦੀ ਆ ਕਿ ਲੋਕੀ ਮੈਨੂੰ ਸਨ ਗੱਲ ਤੇ ਉਹਦਾ ਸਭ ਤੋਂ ਪਹਿਲਾ ਗੱਲ ਹੋਗੀ ਬੇਸਿਸ ਕੀ ਹੁੰਦਾ ਹੈ ਕਿ ਜਦੋਂ ਕੋਈ ਬੰਦਾ ਗੱਲ ਕਰਨ ਦੇ ਆ ਆਪਾਂ ਉਹਦੇ ਨਾਲ ਰਿਲੇਟ ਕਰੀਏ ਬੇਸਿਕ ਚੀਜ਼ ਹੈ ਕਿ ਜੇ ਕੋਈ ਕਹਿਣ ਦਾ ਹਾਂ ਕੱਲ ਤੂੰ ਫੁੱਟਬਾਲ ਦੀ ਗੇਮ ਵੇਖੀ ਹਾਂ ਮੈਂ ਵੇਖੀ ਔਰ ਰੋनाल्डੋ ਨੇ ਸਕੋਰ ਕੀਤਾ ਇਹ ਉਹ ਹੈ ਨਾ ਉਹ ਬੇਸਿਕ ਕਮਿਊਨੀਕੇਸ਼ਨ ਆ ਉਹ ਦੋਵੇਂ ਬੰਦਿਆਂ ਨੇ ਫੁੱਟਬਾਲ ਦੀ ਗੱਲ ਕੀਤੀ ਪਰ ਜੇ ਤੁਹਾਨੂੰ ਕੋਈ ਕਹਿਣ ਦੇ ਆ ਹੋਗੀ ਯਾਰ ਪੈਟਰੋਲ ਦੀ ਰੇਟ ਹੀ ਬੜੇ ਵੱਧ ਗਿਆ ਤੁਹਾਨੂੰ ਵੀ ਅਨਫੋਰਚਨਟਲੀ ਆਪਣਾ opinion ਰੱਖਣਾ ਪਣਾ ਹਾਂ ਯਾਰ ਵੱਧ ਗਿਆ ਤਾਂ ਕਿ ਤੁਸੀਂ ਉਹਦੇ ਨਾਲ ਐਗਰੀ ਕਰ ਸਕੋ ਪਰ ਉਹ ਇਨਸਾਨ ਨੇ ਤੁਹਾਨੂੰ ਅਨਨੋਇੰਗਲੀ ਕੰਪਲੇਨ ਕਰਨ ਦਾ ਮੌਕਾ ਦੇ ਦਿੱਤਾ ਤੁਹਾਡੇ ਕੰਪਲੇਨ ਕਰਨਾ ਪੈਟਰੋਲ ਦੇ ਪ੍ਰਾਈਸਸ ਨਾ ਥੱਲੇ ਜਾਣੇ ਨਾ ਉੱਤੇ ਜਾਣੇ ਪਰ ਹੁਣ ਤੁਹਾਡੇ ਮਾਈਂਡ ਚ ਇੱਕ ਨੈਗੇਟਿਵ ਥੌਟ ਪਲਾਂਟ ਹੋ ਗਿਆ ਅਗਲੀ ਵਾਰੀ ਤੂੰ ਜਦੋਂ ਪੰਪ ਤੇ ਜਾਣਾ ਵਾ ਤੁਹਾਨੂੰ ਉਹ ਜਿਹਾ ਤਾਣੀ ਯਾਰ ਕਿ ਤੇ ਹਣਾ 1.5 ਡਾਲਰ ਦਾ ਪੈਟਰੋਲ ਹੁੰਦਾ ਲੀਟਰ ਹੁਣ ਤੰਦਲਾ ਹੋ ਗਿਆ ਵਾ ਉਹ ਫਿਰ ਹੋ ਗਿਆ ਤੁਹਾਡਾ ਨੈਗੇਟਿਵ ਮਾਈਂਡਸੈਟ ਯੂਨੀਵਰਸ ਨੇ ਤੁਹਾਡੇ ਮਨ ਚ ਹੋਰ ਫਿਰ ਪਲਾਂਟ ਕਰਨੀ ਹੋ ਚੀਜ਼ ਕੀ ਹਾਂ ਤੂੰ ਅਫੋਰਡ ਨਹੀਂ ਕਰ ਸਕਦਾ ਇਹ ਚੀਜ਼ ਤੂੰ ਆ ਨਹੀਂ ਕਰ ਸਕਦਾ ਪਹਿਲੀ ਗੱਲ ਕੀ ਜਦੋਂ ਆਪਾਂ ਉਹ ਬੰਦੇ ਨੂੰ ਹੀ ਆਪਣੀ ਆਪਣੇ ਸਰਕਲ ਚੋਂ ਕੱਢ ਕੱਢ ਦਈਏ ਜਾਂ ਉਹਦੇ ਨਾਲ ਕਮਿਊਨੀਕੇਟ ਨਾ ਕਰੀਏ ਐਸ ਲੈਵਲ ਦੇ ਕੰਪਲੇਨ ਕਰਨ ਦਾ ਮੌਕਾ ਮਿਲੇ ਕਿਸੇ ਚੀਜ਼ ਬਾਰੇ ਤੁਸੀਂ ਪੰਪ ਤੇ ਜਾ ਕੇ ਫਿਰ ਵੀ ਤੁਸੀਂ ਤਿੰਨਾ ਦਾ ਹੀ ਤੇਲ ਪੋਣਾ ਤੇ 1 ਡਾਲਰ ਦਾ ਹੀ ਹਨਾ 1 ਲੀਟਰ ਜਾਂ ਹਨਾ ਜਿੰਨੇ ਦਾ ਵੀ ਤੁਸੀਂ ਪੋਣਾ ਤੁਸੀਂ ਤੇ ਉਹਨੇ ਦਾ ਪੋਣਾ ਪਰ ਹੁਣ ਤੁਹਾਡੇ ਮਨ 'ਚ ਹਮੇਸ਼ਾ ਉਹ ਗੱਲ ਰਹਿਣੀ ਕਿ ਹਾਂ ਫਲਾਣਾ ਬੰਦਾ ਕਹਿੰਦਾ ਹੈ ਕਿ ਤੇਰਾ ਇੰਨੇ ਦਾ ਹੋ ਗਿਆ ਤੁਸੀਂ ਵੀ ਫਿਰ ਪੰਪ ਤੇ ਜਾ ਕੇ ਕੰਪਲੇਨ ਕਰੋਗੇ ਉਹ ਫਿਰ ਤੁਸੀਂ ਹੋਰ ਨੈਗੇਟਿਵਿਟੀ ਆਪਣੀ ਲਾਈਫ 'ਚ ਇੰਟਰੋਡਿਊਸ ਕਰੀ ਜਾਂਦੇ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਕਰਕੇ ਇਹ ਚੀਜ਼ਾਂ ਆਪਾਂ ਨੂੰ ਉਦੋਂ ਨਹੀਂ ਪਤਾ ਲੱਗਦੀਆਂ ਐਜ਼ ਅ ਥਰਡ ਪਰਸਨ ਤੁਸੀਂ ਆਪਣੀ ਲਾਈਫ ਨੂੰ ਵੇਖਿਆ ਕਦੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਤੁਹਾਨੂੰ ਕਿੰਨੇ ਜਾਣੇ ਮਿਲਦੇ ਆ ਜਨੇ ਲੋਕੀ ਤੁਹਾਨੂੰ ਮਿਲਣਗੇ ਜਿਹੜੇ ਕੰਪਲੇਨ ਕਰਦੇ ਚੀਜ਼ਾਂ ਬਾਰੇ ਉਹਨਾਂ ਹੀ ਤੁਹਾਨੂੰ ਵੱਧ ਰੀਜ਼ਨ ਮਿਲਣਾਗਾ ਤੁਸੀਂ ਵੀ ਕੰਪਲੇਨ ਕਰੋ ਤਾਂ ਕਿ ਤੁਸੀਂ ਇੱਕ ਕਨਵਰਸੇਸ਼ਨ ਕੈਰੀ ਆਨ ਕਰ ਸਕੋ ਉਹਨਾਂ ਨੂੰ ਲਮੀਨੇਟ ਕਰੋ ਪਹਿਲੀ ਗੱਲ ਤੇ ਕਿ ਜੇ ਤੁਹਾਨੂੰ ਕੋਈ 네ਗੇਟਿਵਿਟੀ ਤੁਹਾਡੀ ਲਾਈਫ ਫਲਾਰ ਰਿਹਾ ਵਾ